ਸਤਿ ਸ਼੍ਰੀ ਅਕਾਲ ਜੀ। ਰਹਿ ਗਏ ਜੀ 2 ਦਿਨ ਬਸ ਜਾਣ ਨੂੰ। ਲੰਬਾ ਟੂਰ ਹੈ ਇਸ ਵਾਰ, ਪਹਿਲਾਂ ਦੁਬਈ, ਫਿਰ ਯੂਰੋਪ 'ਚ ਸਵਿਟਜ਼ਰਲੈਂਡ, ਜਰਮਨੀ, ਉਹ ਤੋਂ ਬਾਅਦ ਦੇਖਦੇ ਹਾਂ ਅੱਗੇ ਕੀ ਪ੍ਰੋਗਰਾਮ ਬਣਦਾ। ਫਿਰ ਆ ਕੇ ਸ਼ੋਪਿੰਗ ਕਰਨ, ਕਾਫੀ ਤਾਂ ਹੋ ਚੁੱਕੀ ਹੈ, ਬਾਕੀ ਥੋੜ੍ਹੀ ਬਹੁਤੀ ਪੈਂਡਿੰਗ ਹੈ, ਇਸ ਕਰਕੇ ਹੁਣ ਫਿਰ ਚੰਡੀਗੜ੍ਹ ਆ ਗਿਆ। ਦੇਖ, ਚੰਡੀਗੜ੍ਹ ਤੋਂ ਬਾਅਦ ਹੁਣ ਆ ਗਏ ਇੱਧਰ ਖਰੜ ਵਾਲੇ ਏਰੀਏ 'ਚ ਸ਼ੋਪਿੰਗ ਕਰਨ ਲਈ। ਇੱਥੇ ਦੇਖਦੇ ਹਾਂ ਹੁਣ ਹੋਰ ਕੱਪੜੇ ਕੁੱਪੜੇ। ਬਸ ਪਰਸੋਂ ਦੀ ਫਲਾਈਟ ਹੈ, ਬਾਅਦ 'ਚ ਨਿਬੇੜ ਲੈਣਾ ਸਾਰਾ, ਟੈਚੀ ਟੁੱਚੀ ਪੈਕਿੰਗ ਕਰਕੇ ਕੱਲ੍ਹ ਨੂੰ ਹੋਰ ਵੀ ਘਰ ਦੇ ਕੰਮ ਦੇਖਣੇ। ਅੱਜ ਆ ਗਏ ਸਵਿਸ ਫਰੈਂਕਲੈਂਡ ਹੈਚੀ ਸੈਕਟਰ, ਪਹੁੰਚ ਚੁੱਕਿਆ ਹਾਂ ਮੈਂ ਮਾਰਕੀਟ 'ਚ। ਹੁਣ ਇੱਥੋਂ ਐਕਸਚੇਂਜ ਕਰਾਉਣੀ ਹੈ ਕਰੰਸੀ। ਇੱਥੇ ਕਈ ਹੈਗੇ ਆ, ਇੱਥੇ ਵੈਸਟਰਨ ਯੂਨੀਅਨ ਦੇ ਬਣੇ ਹੋਏ, ਰੇਟ ਵੀ ਠੀਕ ਮਿਲਦਾ ਕਈ ਜਗ੍ਹਾ 'ਤੇ, ਬਾਕੀ ਦੇਖਦੇ ਹਾਂ ਜਾ ਕੇ ਹੁਣ ਕੀ ਰੇਟ ਹੁੰਦਾ ਕੀ ਰੇਟ ਨਹੀਂ। ਜੀ ਕਰਾ ਲਈ ਕਰੰਸੀ ਚੇਂਜ, ਸਵਿਸ ਫਰੈਂਕ ਲੈ ਲਏ, ਹੁਣ ਬਾਕੀ ਥੋੜ੍ਹੇ US ਡੋਲਰ ਹੈਗੇ ਮੇਰੇ ਕੋਲ, ਯੂਰੋ ਹੈਗੇ ਆ, ਅਤੇ ਸਰ ਜਾਣਾ ਜਾ ਨਾਲ, ਬਾਕੀ ਕ੍ਰੈਡਿਟ ਕਾਰਡ ਵੀ ਹੈਗੇ ਆ। ਤਿਆਰੀ ਸ਼ੁਰੂ, ਬਹੁਤ ਗਾਹ ਪਿਆ ਵਾ ਕੱਪੜਿਆਂ ਦਾ ਪੂਰਾ ਖੰਡਾਰਾ, ਚਾਰ ਟੈਚੀ ਤਿਆਰ ਕਰਨ ਨੂੰ, ਸਮਝ ਨਹੀਂ ਲੱਗ ਰਿਹਾ ਕਿਹੜੇ ਛੱਡੀਏ ਕਿਹੜੇ ਪਾਈਏ ਕੱਪੜੇ। ਇੱਕ ਉੱਧਰ ਤਾਂ ਮੌਸਮ ਦਾ ਨਹੀਂ ਪਤਾ ਕਿਵੇਂ ਦਾ ਹੋਵੇ ਕਿਵੇਂ ਦਾ ਨਹੀਂ, ਇਸ ਕਰਕੇ ਸਰਦੀ ਦੇ ਕੱਪੜੇ ਵੀ ਰੱਖੇ ਕੱਢ ਕੇ। ਬਾਕੀ ਹੁਣ ਸਮੇਟਦੇ ਸਮਾਨ, ਹੈਂਡ ਬੈਗ ਵੀ ਤਿਆਰ ਹੈ, ਹਲੇ ਪਤਾ ਨਹੀਂ ਕਿਹੜਾ ਸਮਾਨ ਕੱਢਣਾ ਕਿਹੜਾ ਨਹੀਂ। ਹੋ ਗਈ ਪੈਕਿੰਗ, ਚੱਲ ਪਏ ਸਵਿਟਜ਼ਰਲੈਂਡ ਲਈ, ਪਹਿਲਾਂ ਦੁਬਈ, ਫਿਰ ਸਵਿਟਜ਼ਰਲੈਂਡ, ਫਿਰ ਜਰਮਨੀ, ਉਹ ਤੋਂ ਬਾਅਦ ਵਾਪਸੀ। ਬਾਕੀ ਅੱਗੇ ਦਾ ਪਲੈਨ ਬਾਅਦ 'ਚੋਂ ਜੋ ਬਣੇਗਾ। ਕਰ ਲਏ ਟੈਚੀ ਬੈਗ, ਹੈਂਡ ਬੈਗ ਐਂਡ ਚੈੱਕ ਇਨ ਬੈਗ ਸਾਰੇ ਰੈਡੀ। ਚਲਾ ਅਸੀਂ, ਚਲੋ ਚਲੋ ਲੈ ਜਾਓ ਲੈ ਜਾਓ। ਆ ਗਈ ਗੱਡੀ ਜੀ, ਛੱਤ 'ਤੇ ਰੱਖਣੇ ਸਾਰੇ। ਹਾਂ ਬਾਈ ਜੀ, ਬੜੇ ਲੱਗੇ ਸਾਰੇ ਛੱਤ 'ਤੇ। ਉਹ ਜੀ ਨਿਕਲ ਗਏ ਘਰ ਤੋਂ, ਚੱਲੇ, ਉਹ ਵੀ ਤਿਆਰੀ ਪੂਰੀ, ਗੱਡੀ ਆ ਗਈ ਬਾਹਰ, ਟੈਕਸੀ ਕਰਨ ਲੱਗੇ ਲੋਡ ਸਮਾਨ ਉਹਦੇ 'ਤੇ। ਘਰ ਤੋਂ ਨਿਕਲ ਗਏ ਹਾਂ ਜੀ, ਰਾਤ ਦਾ ਟਾਈਮ ਹੈ, ਫਲਾਈਟ ਤਾਂ ਮਾਰਨਿੰਗ ਦੀ ਹੈ ਅਰਲੀ, ਬਟ ਸਾਡੇ ਕੋਲ ਕਾਫੀ ਟਾਈਮ ਹੈ ਹਾਲੇ ਪਹੁੰਚਣ ਲਈ, ਥੋੜ੍ਹਾ ਮਾਰਜਨ ਦੇ ਕੇ ਚੱਲ ਰਹੇ ਹਾਂ। ਮੋਹਾਲੀ ਕ੍ਰੋਸ ਕਰ ਰਹੇ ਜੀ, ਮੋਹਾਲੀ ਵੀ ਕਿਹੜਾ ਦੁਬਈ ਤੋਂ ਘੱਟ ਹੈ, ਇੱਥੇ ਵੀ ਬਿਲਡਿੰਗਾਂ ਸੇਮ ਮਾਹੌਲ ਉਹਨਾਂ ਦੀ ਹੋ ਗਿਆ ਕਹਿੰਦੀ ਭਾਜੀ ਪੂਰਾ। ਦੇਖੋ ਲਾਈਟਿੰਗ ਵਗੈਰਾ, ਇਹ ਮੋਹਾਲੀ ਦਾ ਮਾਲ ਹੈ CP67, ਜੀਰਕਪੁਰ ਪਹੁੰਚ ਗਏ ਜੀ। ਡੀਜ਼ਲ ਪਵਾਉਣ ਲੱਗੇ ਗੱਡੀ 'ਚ ਇੱਥੇ, ਇਹ ਬਾਈ ਜੀ ਆਪਣੇ ਸਤਵੀਰ ਜੀ, ਸਤਵੀਰ ਜੀ, ਸਤਵੀਰ ਜੀ ਲੈ ਕੇ ਆਏ ਸਾਨੂੰ ਖਰੜ ਤੋਂ, ਏਅਰਪੋਰਟ ਵੱਲ ਜਾ ਰਹੇ। ਇਹਨਾਂ ਦਾ 13-13 ਕਰਕੇ ਟੈਕਸੀ ਸਟੈਂਡ ਹੈ ਜੀ, 13-13 ਕੈਬਸ, ਹਾਂ ਯਮੁਨਾ ਨਗਰ ਹੈ ਨਾ ਜੀ, ਯਮੁਨਾ ਨਗਰ 'ਚ। ਚਲੋ ਕਾਫੀ ਅੱਛੀ ਸਪੀਡ ਖਿੱਚ ਕੇ ਲੈ ਕੇ ਆਏ ਹਾਂ, 3.5 ਘੰਟੇ 'ਚ ਅਸੀਂ ਮੁਰਸਲ ਪਹੁੰਚ ਗਏ, ਬਾਕੀ ਘੰਟੇ ਕੁ ਆ ਗਿਆ ਅੱਗੇ ਰਹਿ ਗਈ ਡਰਾਈਵ ਏਅਰਪੋਰਟ ਪਹੁੰਚਣ ਲਈ। ਅਮਰੀਕ ਸੁਖਦੇਵ ਢਾਬਾ, ਅਤੇ ਸਾਰਾ ਦਿਨ ਪੂਰੀ ਰੌਣਕ ਰਹਿੰਦੀ, ਜੇ ਤੁਸੀਂ ਸਵੇਰੇ ਆ ਜਾਓ, ਰਾਤੀ ਆ ਜਾਓ, ਜਿਸ ਮਰਜ਼ੀ ਟਾਈਮ, ਬਹੁਤ ਰਸ਼ ਹੁੰਦਾ। ਜਿੰਨੀ ਵੀ ਏਅਰਪੋਰਟ ਤੋਂ ਪੰਜਾਬ ਨੂੰ ਟੈਕਸੀ ਜਾਂਦੀ ਹੈ, ਆਲਮੋਸਟ ਪੰਜਾਬੀ ਆਪਣੇ ਇੱਥੇ ਖਾਣਾ ਖਾਣਾ ਪਸੰਦ ਕਰਦੇ ਹਨ, ਬਹੁਤ ਰਸ਼ ਹੁੰਦਾ ਜੀ। ਅਮਰੀਕ ਸੁਖਦੇਵ ਬਹੁਤ ਪੁਰਾਣਾ ਮਸ਼ਹੂਰ ਹੈ, ਫੇਮਸ, ਇਹ ਆ ਗਿਆ ਸਾਹਮਣੇ ਦੇਖਦਾ, ਪੂਰੀ ਗੱਡੀ ਕਰ ਦਿੱਤੀ। ਰਾਤ ਦਾ ਟਾਈਮ ਹੈ, 2 ਵੱਜ ਗਏ, ਪਾਰਕਿੰਗ ਨਹੀਂ, ਇੰਨਾ ਰਸ਼ ਹੈ। ਇਹ ਮੁਰਥਲ 'ਚ ਹੈ, ਕਾਫੀ ਮਸ਼ਹੂਰ। ਦਿੱਲੀ ਆ ਚੁੱਕੇ ਹਾਂ ਜੀ, ਇੱਥੋਂ ਹੁਣ ਨੇੜੇ ਰਹਿ ਗਿਆ ਏਅਰਪੋਰਟ, ਬਸ ਬਹੁਤ ਜਲਦੀ ਪਹੁੰਚਣਾ ਏਅਰਪੋਰਟ, ਰਾਤ ਕਰਕੇ ਜਮ੍ਹਾਂ ਰਸ਼ ਨਹੀਂ, ਖਾਲੀ ਸੜਕਾਂ, ਟਾਈਮ ਨਹੀਂ ਲੱਗਿਆ ਬਹੁਤਾ ਸਾਨੂੰ, 4.5 ਘੰਟੇ ਲੱਗੇ ਤਕਰੀਬਨ
पहुंच गए जी T3। पहुंच गए एयरपोर्ट पे, हम जा रहे हैं लगेज लेके। कर रहे हैं लोड सामान सारा। अपनी हैगी 11 बजे एमरेट्स से रही 11 TK 511 या जे नंबर पे है। अरे चेक इन ओपन नहीं है क्योंकि काफ़ी टाइम पे आप चलते हैं इधर ये जी आ गया एच आ गया और सामने जे उधर जाना हम। चलो इतने रेस्ट करिए, रख ले लगे सारे अरे पे घंटा तो घंटे लग जाने हैं बस इतने बैठते आराम से। बाकी देखो रौनक दिल्ली एयरपोर्ट दिया काफ़ी जल्दी आ गए सी एयरपोर्ट से। एक्चुअली रात रात ही असं सोचा भी थोड़ा छेती पहुँचोगे उत्थे जाके रैसट कर लूँगे तो रैसट भी होगी। हम सो भी ले चेंज कर लिया नाले पग बन ली। चैक इन ओपन हो चुका है लागे लाइन च, हूँ इतने चैक इन कराना अपने चैक इन बैग जमा हो जाने इतने सिर्फ हैंड बैग सारे को रह जाने हैं। पहला आ गए सी 4 घंटे पहला इस करके कोई रश नहीं है। मूहे 2-3 जाने हैं उस तो बाद साडा नंबर है सीधा ही। ये देखो खाली पे काउंटर वास्ते, इस तो बाद 2 जने मूहे खड़े इन्हों तो बाद मेरा नंबर है। ये शरारती बच्चे भी है नाल। होगी बोर्डिंग, चैक इन बैग करते जमा, हम साढ़े को रह गए सिर्फ हैड बैग। ये आ गया बोर्डिंग पास हाथ च, हम चलीए एमरेट्स दुबई वाल करिए इंजॉय। 11 बजे फ्लाइट एक्चुअली तो टाइम पे हले 3 घंटे पहला कोई खा पी लेना इतने, बाकी फिर मिलते हूँ जहाज च। वो जी हो रहे एंटर दिल्ली ड्यूटी फ्री। देखो कि जानते ही पहला चल पी दिल्ली ड्यूटी फ्री तो गेट नंबर 26 वाल जा रहे हूँ। उधरों फ्लाइट है साड़ी जा रहे हैं गेट नंबर 26 वाल जी। ये बच्चों के प्रोडक्ट चॉकलेट्स वगैरह जल्दी आके सानू एक फायदा रहा भी एक्चुअली इतने फिर टाइम खुला मिल गया सारा कुछ काम करने इतने। हूँ असी अंदर आ चुके हैं पूरा साडा इमीग्रेशन हो गई, चैक इन बैग जमा हो गए तो आलमोस्ट सारा कुछ डन है। बट हूँ साढ़े को बहुत टाइम स्पेंड करने लिए इतने इंजॉय करने लिए, चाहे असी रैसट करिए जो मर्जी करिए टेंशन कोई नहीं है भी लेट हो जूंगे की होएगा या फ्लाइट का समय भज दौड़ नहीं है। रातों रात गड्डी पता नहीं लग्या कि मैं असं इतने एयरपोर्ट पहुँच गए, ये एक सब तो वधिया चीज़ हुई है। बाकी चलो हूँ बैठ के रैसट करते हैं खाते पीते हैं कुछ इतने एयरपोर्ट पर। ये देखो दी आयरिश हाउस, ये बच्चे ने अपने ट्रालियां लिया हुए इन्हें खेल रहे इंजॉइंग भी। फूड कोर्ट, फूड कोर्ट तो बंद हो गया, मैंने तो लगता बंद हो गया फूड कोर्ट है ये क्या होंगे उसे फूड कोर्ट च। ओके मैकडी KFC चलो देखते हैं फूड कोर्ट भी चेक कर लिए जाके है वादू है हले। ये छेती आके ये भी फायदा है जी, देखो सारी सीटा खाली बैठने नूं स्पेस खुली डुली है, नहीं तो यह भर जाना इसियाँ। हुण असीं आराम ते आके बैठ गए इत्थे, चार्जिंग पॉइंट वाली सीट ले ली उत्थे नाले अपने फोन चार्ज कर लेने ते बाकी तुहानूं घूम के दिखाना दिल्ली का एयरपोर्ट है ये। अज जिन्ना टाइम मेरे को हैगा मैं तुहानूं सारा एयरपोर्ट सारे गेट दिखा देने इत्थे ते किधरों की है कित्थे की है। इधर इलैक्शन दे रिजल्ट नाल नाल न्यूज़ चल रही, कल आए हैं हाले पंजाब से साढ़े। हरेक जगह नहीं चार्जिंग पॉइंट रखे हुए इन्होंने, नहीं तो मैं जिम्मे पिछे जो पैरिस भी गया कि होर उ हरेक उद्दे चार्जिंग पॉइंट होंगे सी इतने किसी किसी बैठ सीटिंग एरिए आया। देखो इतने जिमें आ बने हुए हैं बट इधरली साइड कितने कोई चार्जिंग पॉइंट नहीं है, ये सारे बिना उतो है।
बाकी जिन्हें खड़ के इतने कुछ करना मोबाइल चार्जर ये बनया हुआ है, इतने तुम अपना फोन चार्ज वगैरह कर सकते हैं खड़ के स्टैंडिंग दे, पर जे बैठ के लेना तो बहुत घट है। हरेक गेट पर मतलब कि दो उधरली साइड दो है, एक ग्रीनरी है इतने पूरी इन्होंने, अच्छा है ब्यूटीफुल साफ सुथरा है, प्रॉपर प्लांट्स क्या सेंटर चैन ग्रीन कारपेट वगैरह अच्छी डेकोरेशन है, चिप्स पाए हुए हैं कलर करके चिप्स अच्छी तरह बहुत ही शानदार एन नज़ारेदार। इधर भी काफ़ी एरिया ग्रीनरी का कवर किया हुआ है, गुड थिंग है ये, इतने बैठ के खाण पीन अच्छा जो तुम इतने बैठ के इंजॉय करना कर सकते हो। इधर स्टारबक्स आ गया सामने, स्टारबक्स तो बाद इधरली साइड भी ग्रीनरी काफ़ी ज़्यादा एंड ये भी डेकोरेशन लगा रखा, साफ सफाई होंगी रही हर टाइम। ये स्टारबक्स है सारा, ये दूजा जरा आ गया ड्यूटी फ्री तंबाकू लिकोर आ गई, इतों एंटर होंगे आप गेट हाँ गेट्स वालों ना, जो गेट्स से इधरों एंटर होया मैं जिते इतें ही मैं पता लग्या कि मेरा गेट चेंज हो चुका है, पहला गेट नंबर होर सी हूँ गेट नंबर दूजा है। ये देखो दे। काफ़ी अच्छा है बहुत, ये रही है एमरेट्स 11 बजे वाली गेट नंबर 17, गेट चेंज गेट 17 दुबई EK511 एमरेट्स, ये तो जाना मैं 11 बजे, हले तो टाइम 8:30 के करीब ही होया है। इधर भी ड्यूटी फ्री बच्चों दी चॉकलेट्स वगैरह सारा ये समान भी, जे तुसी अपने किसी रिलेटिव को गिफ्ट लेके जाना या उतों आ देखो एयरपोर्ट ही है, ये भी काफ़ी अच्छा पूरा देखो बैंगल्स वगैरह और लेडीज़ ली जिमें इतने टाइम पास में पूरा दिल परचावे लिए काफ़ी कुछ रखा हुआ है, कोई ना कोई इतों कुछ ना कुछ बाय कर ही लेंदा है, ता ही इन्होंने इतने एयरपोर्ट पर लाने हैं। देख लो थानू वॉक करके ही काफ़ी एयरपोर्ट कवर कराता मैं, ये उपर फूड कोर्ट है पूरा खाण पीन लिए मैकडोनल KFC आज दिखाना थानू उपर जा रहे उपर नू जी हूँ फूड कोर्ट वाल पूरा कैफे कुफे खाण पीन लिए KFC मैकडोनल जो भी कई तरह के खाण पीन दी बहुत रौनक इतने भी लगी हुई पूरी दिल्ली इतने बैठ के खाओ पियो तुसी, ये दिल्ली स्ट्रीट है दिल्ली स्ट्रीट अगे आ गया बार कोस सबे तकरीबन सारा कुछ है नॉर्मल नाल तो महंगा ही होंगे एयरपोर्ट पर थोड़ा पता ही है सबनों, बट फिर भी चलो ठीक है ऑप्शन मिल जानी एक बहुत बढ़िया चीज़ है मैकडोनल्ड KFC इडली करी किचन डोमिनोज ऑलवेज बच्चों का फेवरेट ये सबे, इतों तुसी ऑर्डर करो तो इतने बैठ के अपना फूड इंजॉय करो पूरा। ये तो अगे जाके है लॉन्ज एरिया स्पा जिदे थानू पता जिमें कि जो थोड़े कोई से अच्छे बैंक के क्रैडिट कार्ड्स हैं तो वो काफ़ी ऑफरस चल दी होंगे जिदे फूड वगैरह तो ईवन कि लॉन्ज की फैसिलिटी फ्री ऑफ कॉस्ट होंगी है वो मिल जाती है, बट वो थोड़े को क्रैडिट कार्ड होना चाहिए है किसी अच्छे बैंक का, इधरों है जी फूड कोर्ट तो अगे ही हैगा यदा एरिया ये रहा लॉन्ज स्पा जाके देखते हैं भी अगे, ये बच्चों लिए बनया वा है झूले वगैरह लेने लिए जिमें छोटे बच्चे हैं तुम उधर फूड कोर्ट इंजॉय करो
ਉਹਨਾਂ ਨੂੰ ਖਿਲਾ ਪਾ ਇੱਥੇ ਛੱਡ ਦਿਓ, ਸਵਿੰਗ ਵਗੈਰਾ ਲੈਂਦੇ ਆ ਉਰੇ, ਟਾਈਮ ਪਾਸ ਹੋ ਜਾਂਦਾ ਉਹਨਾਂ ਦਾ ਵੀ ਵਧੀਆ। ਬਾਕੀ ਇੱਧਰ ਇਹ ਸਪਾਏ ਜੇ ਤੁਹਾਡੇ ਕੋਲ ਟਾਈਮ ਹੈਗਾ ਹੈ ਖੁੱਲ੍ਹਾ ਡੁੱਲਾ ਤਾਂ ਤੁਸੀਂ ਖੂਬ ਇੰਜੋਏ ਕਰ ਸਕਦੇ ਹੋ ਉੱਥੇ। ਕਿਵੇਂ ਕਨੈਕਟਿੰਗ ਫਲਾਈਟ ਹੁੰਦੀਆਂ ਬੰਦਿਆਂ ਦੀਆਂ, ਇੱਥੇ ਕਾਫੀ ਦੇਰ ਦੀ 6-6 ਘੰਟੇ 7-8 ਘੰਟੇ ਦੀ ਸਟੇਅ ਹੁੰਦੀ ਹੈ ਉਹ, ਫਿਰ ਇਹ ਚੀਜ਼ਾਂ 'ਚ ਆ ਕੇ ਇਹ ਲੌਂਚ। ਆਪਾਂ ਵੀ ਪੁੱਛਦੇ ਹਾਂ, ਕ੍ਰੈਡਿਟ ਕਾਰਡ ਮੇਰੇ ਕੋਲ ਵੀ ਹੈਗੇ ਆ ਵੀ ਕੀ ਹੈ ਕੀ ਨਹੀਂ। ਮੇਰੇ ਕੋਲ ਤਾਂ ਚਲੋ ਹੁਣ ਟਾਈਮ ਘੱਟ ਹੈ ਵੈਸੇ, ਬਟ ਵੈਸੇ ਜਨਰਲ ਨੌਲੇਜ ਸਹੀ ਵਧਾਈਏ, ਜਾ ਕੇ ਕਰਦੇ ਗੱਲ ਇਹਨਾਂ ਨਾਲ। ਬੱਲੇ 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 ਬੜਾ ਰਸ਼ ਹੈ ਇੱਥੇ ਤਾਂ ਯਾਰ, ਮੈਨੂੰ ਲੱਗਦਾ ਇੱਥੋਂ ਐਵੇਂ ਹੀ ਜਾਣਾ ਪੈਣਾ। ਇਹ ਇੰਡੀਆ 'ਚ ਹੀ ਹੁੰਦਾ ਹਾਲ, ਹੋਰ ਕੰਟਰੀ 'ਚ ਮੈਂ ਗਿਆ ਕਈ ਜਗ੍ਹਾ ਉੱਥੇ ਨਹੀਂ ਇੰਨੀ ਭੀੜ ਹੁੰਦੀ, ਬੰਦੇ ਸਾਰੇ ਮਤਲਬ ਕਿ ਰਸ਼ ਘੱਟ ਹੁੰਦਾ ਹੈ ਇੰਡੀਆ 'ਚ, ਐਕਚੁਲੀ ਪੋਪੂਲੇਸ਼ਨ ਬਹੁਤ ਹੈ। ਇਹ ਦੇਖੋ ਪਹਿਲਾਂ ਇੱਥੇ ਕਿਊ 'ਚ ਲੱਗੋ ਲਾਈਨ 'ਚ, ਉਸ ਤੋਂ ਬਾਅਦ 'ਚ ਫਿਰ ਕਿਤੇ ਜਾ ਕੇ ਨੰਬਰ ਆਏਗਾ, ਫਿਰ ਜਾ ਕੇ ਤੁਹਾਨੂੰ ਪਤਾ ਲੱਗੇਗਾ ਵੀ ਤੁਹਾਨੂੰ ਫ੍ਰੀ ਅਸੈਸ ਹੈ ਕਿ ਨਹੀਂ, ਲੋਨਸ ਦਾ ਲੈ ਸਕਦੇ ਜਾਂ ਨਹੀਂ ਲੈ ਸਕਦੇ। ਲਓ ਜੀ ਚੱਲ ਪਏ ਹੁਣ ਆਪਣਾ ਗੇਟ ਨੰਬਰ 17 ਵੱਲ, ਦੁਆਰ ਤੋਂ ਇੱਧਰ ਆਏ ਸੀ ਲੌਂਚ ਦੇਖਣ, ਪਰ ਭੀੜੇ ਬੜੀ ਸੀ ਇੱਥੇ ਭੀੜ ਦੇ ਕਰਕੇ, ਇਸ ਕਰਕੇ ਮੈਂ ਕਿਹਾ ਮੈਂ ਤਾਂ ਕਿਉਂਕਿ ਮੇਰੀ 1.5 ਘੰਟੇ ਬਾਅਦ ਫਲਾਈਟ ਹੈ ਇਸ ਕਰਕੇ ਮੈਨੂੰ ਤਾਂ ਲੋੜ ਨਹੀਂ ਹੈਗੀ ਇਸ ਚੀਜ਼ ਦੀ, ਬਟ ਚਲੋ ਹੁਣ ਅਸੀਂ ਇੱਕ ਵਾਰ ਦੇਖ ਲਿਆ। ਹੁਣ ਕ੍ਰੈਡਿਟ ਕਾਰਡ ਹੈਗੇ ਮੇਰੇ ਕੋਲ ਤਾਂ 4-5, ਬਟ ਮੈਨੂੰ ਲੋੜ ਨਹੀਂ ਇਹਦੀ, ਇਸ ਕਰਕੇ ਮੈਂ ਚੱਲਿਆ ਹੁਣ ਦੁਬਾਰਾ ਆਪਣੇ ਗੇਟ ਨੰਬਰ 17 ਵੱਲ, ਉੱਥੇ ਜਾ ਕੇ ਵੇਟ ਕਰੀਏ ਥੋੜ੍ਹੀ ਦੇਰ। ਹੋ ਸਕਦਾ ਮੈਂ ਥੋੜ੍ਹੀ ਦੇਰ ਸੋ ਵੀ ਲਵਾਂ, ਕਿਉਂਕਿ ਕੱਲ੍ਹ ਰਾਤੀ ਨਿਕਲ ਗਏ ਸੀ ਚੰਡੀਗੜ੍ਹ ਤੋਂ ਅਤੇ ਕਾਫੀ ਸਮਾਂ ਹੋ ਗਿਆ ਹੁਣ ਤਾਂ।